subscribe to film companion for your film fix hit the bell icon so you never miss an update gulli te us de sath hi pind pind ja ke akhaade launde ਪਰ ਉਹਨਾਂ ਨੂੰ ਬਹੁਤਾ ਹੰਗਾਰਾ ਨਹੀਂ ਮਿਲਦਾ ਜਲਦੀ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਜੇ ਟਮਾਟਰ ਤੇ ਜੁੱਤੀਆਂ ਦੀ ਬਜਾਏ ਦਰਸ਼ਕਾਂ ਦੀਆਂ ਤਾੜੀਆਂ ਚਾਹੀਦੀਆਂ ਨੇ ਤਾਂ ਪੰਜਾਬੀ ਗਾਇਕੀ ਦੇ ਟ੍ਰੈਂਡ ਵਾਂਗ ਉਹਨਾਂ ਨੂੰ ਵੀ ਇੱਕ ਗਾਇਕ ਜੋੜੀ ਬਣਾਉਣੀ ਪੈਣੀ ਹੈ ਤੇ ਇੱਕ ਸੋਹਣੀ ਸੁਨੱਖੀ ਗਾਇਕਾ ਦੀ ਲੋੜ ਪਵੇਗੀ ਫਿਲਮ ਕੰਪੈਨੀਅਨ ਲੋਕਲ ਦੇ ਪੰਜਾਬੀ ਫਿਲਮ ਰਿਵਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਆਓ ਅੱਜ ਗੱਲ ਕਰਦੇ ਹਾਂ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਹੇਠ ਬਣੀ ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਸਟਾਰ ਪਾਣੀ ਚ ਮਦਾਣੀ ਦੀ ਫਿਲਮ ਕੀ ਕੁਲਰ ਆਉਣਾ ਵੀ ਸੀ ਅਗਲੀ ਵਾਰੀ ਪਾਣੀ ਚ ਮਦਾਨੀ ਦੀ ਕਹਾਣੀ ਲਿਖੀ ਹੈ ਮਨੇ ਪ੍ਰਮਨ ਲੇਖਕ ਨਰੇਸ਼ ਕਥੂਰੀਆ ਨੇ ਫਿਲਮ ਦੀ ਕਹਾਣੀ ਕਈ ਹਿੰਦੀ ਫਿਲਮਾਂ ਦਾ ਸੁਮੇਲ ਹੈ ਇਸ ਦੇ ਵਿੱਚ ਤੁਹਾਨੂੰ ਅਭਿਮਾਨ ਅਤੇ ਆਸ਼ਕੀ ਟੂ ਦੀ ਗਾਇਕ ਜੋੜੀ ਦੀ ਆਪਸ ਵਿੱਚ ਜੈਲਸੀ ਪ੍ਰੀਦਰਸ਼ਨ ਦੀ ਮਾਲਾ ਮਾਲ ਵੀਕਲੀ ਦੀ ਲੋਟਰੀ ਟਿਕਟ ਭਾਗਮ ਭਾਗ ਦੀ ਕਹਾਣੀ ਵਾਂਗ ਇੱਕ ਨਾਟਕ ਕੰਪਨੀ ਦਾ ਇੰਗਲੈਂਡ ਜਾ ਕੇ ਪਰਫਾਰਮ ਕਰਨਾ ਇਸ ਸਭ ਦੇਖਣ ਨੂੰ ਮਿਲੇਗਾ ਫਿਲਮ ਦੀ ਕਹਾਣੀ ਭਾਵੇਂ origignal ਨਹੀਂ ਹੈ ਪਰ ਫਿਰ ਵੀ ਪਾਣੀ ਚ ਮਦਾਨੀ ਐਂਟਰਟੇਨ ਕਰਦੀ ਹੈ ਤੇ ਇੱਕ ਅਸਰ ਛੱਡਦੀ ਹੈ ਸੱਤ ਉਹ ਕਿਥੇ ਸਾਰੇ ਗੋਰੀਆਂ ਨੂੰ ਲੈ ਕੇ ਆਉਂਦੇ ਆ। ਉਹ ਚਾਹ। Oh God! ਫਿਲਮ ਦੇ ਪ੍ਰੋਮੋਸ਼ਨਸ ਦੌਰਾਨ ਗਿੱਪੀ ਗਰੇਵਾਲ ਨੇ ਦੱਸਿਆ ਸੀ ਕਿ ਫਿਲਮ ਦੀ ਕਹਾਣੀ ਨੂੰ 80s ਦੇ ਵਿੱਚ ਸੈੱਟ ਕਰਨ ਦਾ ਮਕਸਦ ਇਸ ਨੂੰ ਹੋਰ ਦਿਲਚਸਪ ਬਣਾਉਣਾ ਸੀ। ਤੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨੇ ਬਾਖੂਬੀ ਕੀਤਾ ਵੀ ਹੈ। ਪਿੰਡਾਂ ਦੀਆਂ ਸਟੇਜਾਂ ਤੇ ਲੱਗੇ ਹੋਏ ਅਖਾੜੇ, ਜਹਾਜ਼ ਦੇ ਵਿੱਚ ਪਹਿਲੀ ਵਾਰੀ ਬੈੰਦੇ ਸਿੱਧੇ ਸਾਦੇ ਪਿੰਡੂ ਲੋਕ 에ਅਰ ਹੋਸਟੈਸ ਤੋਂ ਬਹੁਤ ਹੀ ਝਿਜਕਦਿਆਂ ਜੂਸ ਪੀਣ ਵਾਸਤੇ ਸਟ੍ਰਾ ਦੀ ਜਗ੍ਹਾ ਤੇ ਪਾਈਪ ਮੰਗਦੀ ਹੋਈ ਕੁੜੀ ਤੇ ਅੰਗਰੇਜ਼ਾਂ ਨੂੰ ਆਪਣੀ ਗੱਲ ਸਮਝਾਉਣ ਵਾਸਤੇ ਪੰਜਾਬੀ ਦੀ ਜਗ੍ਹਾ ਤੇ ਟੁੱਟੀ ਪੁੱਜੀ ਹਿੰਦੀ ਬੋਲਦੇ ਕਿਰਦਾਰ ਇਹ ਸਾਰੇ ਤਜਰਬੇ ਕਿਤੇ ਨਾ ਕਿਤੇ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਮੇਲ ਖਾਂਦੇ ਤੇ ਇਹੀ ਵਜ੍ਹਾ ਹੈ ਕਿ ਤੁਸੀਂ ਪਾਣੀ ਚ ਮਧਾਣੀ ਦੇ ਕਿਰਦਾਰਾਂ ਤੇ ਕਹਾਣੀ ਦੇ ਨਾਲ ਜੁੜਿਆ ਮਹਿਸੂਸ ਕਰਦੇ ਹੋ ਗਿੱਪੀ ਗਰੇਵਾਲ ਦਾ ਕਿਰਦਾਰ ਗੁੱਲੀ ਇੱਕ ਗਰੀਬ ਪਰਿਵਾਰ ਦਾ ਮੁੰਡਾ ਹੈ ਜਿਸ ਦਾ ਸੁਪਨਾ ਇੱਕ ਕਾਮਯਾਬ ਗਾਇਕ ਬਨਣ ਦਾ ਹੈ ਇਹ ਸੁਪਨਾ ਪੂਰਾ ਹੋਣ ਹੀ ਲੱਗਦਾ ਹੈ ਕਿ ਆਪਣੀ ਗਾਇਕ ਜੋੜੀ ਦੀ ਗਾਇਕਾ ਸੋਹਣੀ ਦੀ ਮਸ਼ਹੂਰੀ ਉਸ ਨੂੰ ਚੁਬਣ ਲੱਗਦੀ ਹੈ ਆਪਣੇ ਪਰਿਵਾਰ ਦੀਆਂ ਰੀਜਾਂ ਪੂਰੀਆਂ ਕਰਨ ਦਾ ਬੋਝ ਤੇ ਇੱਕ ਔਰਤ ਨੂੰ ਅਗਾਹਵਾਦਿਆਂ ਦੇਖ ਇੱਕ ਆਦਮੀ ਦੇ ਦਿਲ ਵਿੱਚ ਪੈਦਾ ਹੋਇਆ ਸਾੜਾ ਇਹ ਸਾਰੇ ਜਜ਼ਬਾਤ ਉਹਨਾਂ ਨੇ ਵਧੀਆ ਟੰਗ ਨਾਲ ਨਿਭਾਏ ਨੇ ਸਟੇਜਾਂ ਤੇ ਪਰਫਾਰਮ ਕਰਨ ਦਾ ਤਜਰਬਾ ਤਾਂ ਉਹਨਾਂ ਕੋਲ ਹੈ ਹੀ ਪਰ ਇਸ ਫਿਲਮ ਦੇ ਵਿੱਚ ਉਹਨਾਂ ਨੇ ਕੁਝ ਵੱਖਰਾ ਕਰਨ ਦਾ ਯਤਨ ਕੀਤਾ ਹੈ ਆਪਣੇ ਵਾਲਾਂ ਦੇ ਸਟਾਈਲ ਤੋਂ ਲੈ ਕੇ ਕੱਪੜਿਆਂ ਦੇ ਸਟਾਈਲ ਤੱਕ ਬੋਡੀ ਲੈਂਗੁਏਜ ਤੋਂ ਲੈ ਕੇ ਓਵਰਆਲ ਐਕਟਿੰਗ ਤੱਕ ਗਿੱਪੀ ਗਰੇਵਾਲ ਦਾ ਇੱਕ ਵੱਖਰਾ ਰੂਪ ਪਾਣੀ ਚ ਮਦਾਣੀ ਦੇ ਵਿੱਚ ਨਜ਼ਰ ਆਉਂਦਾ ਹੈ ਹੈਲੋ ਗੱਲੀ ਵੀਰੇ ਜਿਹੜੀ ਤੇ ਲਾਟਰੀ ਪਾਈ ਸੀ ਉਹ ਲੱਗੀ ਕੀ ਹਾ ਵੀਰੇ 21 ਲੱਖ ਰੁਪਏ ਦਾ ਇਨਾਮ ਨਿਕਲੇ। 80s ਦੀਆਂ ਮਸ਼ਹੂਰ ਗਾਇਕ ਜੋੜੀਆਂ ਦੀਆਂ ਗਾਇਕਾਆਂ ਮਰਜੀਤ ਕੌਰ, ਜਗਮੋਨ ਕੌਰ, ਅਮਰਜੋਤ ਦੀਆਂ ਦਿਲਕਸ਼ ਅਦਾਵਾਂ ਤੇ ਗਾਇਕੀ ਦੇ ਵੱਖਰੇ ਅੰਦਾਜ਼ ਨੂੰ ਧਿਆਨ ਦੇ ਵਿੱਚ ਰੱਖਦੇ ਆ। ਨੀਰੂ ਬਾਜਵਾ ਨੇ ਸੋਹਣੀ ਦਾ ਕਿਰਦਾਰ ਨਭਾਇਆ। ਔਰ ਜਿਸ ਤੰਗ ਨਾਲ ਨੀਰੂ ਨੇ ਇਸ ਕਿਰਦਾਰ ਵਿੱਚ ਆਪਣੇ ਆਪ ਨੂੰ ਢਾਲਿਆ, ਕਿਸੇ ਹੋਰ ਅਦਾਕਾਰ ਨੂੰ ਇਸ ਰੋਲ ਵਿੱਚ ਇਮੇਜਿਨ ਕਰਨਾ ਮੁਸ਼ਕਿਲ ਜਾਪਦਾ ਹੈ। ਸਟੇਜ ਪਰਫਾਰਮੈਂਸਿਸ ਦੌਰਾਨ ਕੀਤੇ ਨਖਰੇ ਤੋਂ ਲੈ ਕੇ ਜ਼ਿਆਦਾ ਡਾਇਲੌਗਸ ਨਾ ਹੋਣ ਦੇ ਬਾਵਜੂਦ, ਜਿਸ ਖੂਬਸੂਰਤੀ ਦੇ ਨਾਲ ਉਹਨਾਂ ਨੇ ਸਿਰਫ ਹਾਪ ਪਾਵੇ ਨਾਲ ਵੱਖ-ਵੱਖ ਐਕਸਪ੍ਰੈਸ਼ਨਸ ਦਿਖਾਏ ਨੇ ਇਸ ਪਰਫਾਰਮੈਂਸ ਨੂੰ ਯਕੀਨਨ ਉਹਨਾਂ ਦੀਆਂ ਯਾਦਗਾਰ ਪਰਫਾਰਮੈਂਸਿਸ ਦੇ ਵਿੱਚ ਗਿਣਿਆ ਜਾਵੇਗਾ ਅਕਲ ਸੁਣੀ ਮੇਰੀ ਨੇੜੇ ਹੋ ਕੇ ਸੱਜਣਾ ਵੇ ਪਾਣੀ ਚ ਮਦਾਨੀ ਦੇ ਬਾਕੀ ਕਲਾਕਾਰਾਂ ਦੇ ਵਿੱਚ ਨੇ ਗੁਰਪ੍ਰੀਤ ਖੁੱਗੀ ਕਰਮਜੀਤ ਤਨਮੋਲ ਹਰਬੀ ਸੰਗਾ ਤੇ ਇਫਤਖਾਰ ਠਾਕਰ ਫਿਲਮ ਦੇ ਸਾਰੇ ਕਿਰਦਾਰਾਂ ਵਿੱਚ ਕਰਮਜੀਤ ਅਨਮੋਲ ਸੱਤੇ ਦੇ ਕਿਰਦਾਰ ਵਿੱਚ ਹਸਾਉਂਦੇ ਵੀ ਤੇ ਇੱਕ ਵਾਰ ਫਿਰ ਆਪਣੀ ਅਦਾਕਾਰੀ ਦਾ ਅਸਰ ਵੀ ਛੱਡ ਜਾਂਦੇ ਗੁਰਪ੍ਰੀਤ ਕੋੱਗੇ ਇੱਕ ਵਾਰ ਫਿਰ ਇੱਕ ਵੱਖਰੇ ਲਹਿਜੇ ਤੇ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਉਣਗੇ ਪਾਣੀ ਚ ਮਦਾਨੀ ਦੀ ਇੱਕ ਖਾਸियत ਇਹ ਵੀ ਹੈ ਕਿ ਕਿਤੇ ਵੀ ਬੇਲੋੜੀ ਕਾਮੇਡੀ ਪਾ ਕੇ ਜ਼ਬਰਦਸਤੀ ਹਸਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿੱਤੇ ਫਿਲਮ ਦੇ ਵਿੱਚ ਕਈ ਹਲਕੀਆਂ ਫੁਲਕੀਆਂ ਮੋਮੈਂਟਸ ਨੇ ਉੱਥੇ ਹੀ ਔਰਤਾਂ ਦੀ ਬਰਾਬਰਤਾ ਦੀ ਗੱਲ ਵੀ ਹੁੰਦੀ ਹੈ ਤੇ ਆਸਾਨ ਟੰਗ ਨਾਲ ਨਾ ਤੇ ਸ਼ੋਹਰਤ ਕਮਾਉਣ ਦੀ ਬਜਾਏ ਮਿਹਨਤ ਤੇ ਮੁਸ਼ੱਕਤ ਦੀ ਅਹਿਮੀਅਤ ਨੂੰ ਵੀ ਉਭਾਰਿਆ ਗਿਆ ਹੈ ਫਿਲਮ ਦੇ ਵਿੱਚ ਸੰਗੀਤ ਦੀ ਬਹੁਤ ਐਹਮੀਅਤ ਹੈ ਅਤੇ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਦੇ ਗੀਤਕਾਰ ਹੈਪੀ ਰਾਇਕੋਟੀ ਦੇ ਲਿਖੇ ਹੋਏ ਗੀਤ ਅਸੀਮਿਆਂ ਦੇ ਦਹਾਕੇ ਦੀ ਯਾਦ ਤਾਜ਼ਾ ਕਰਵਾਉਂਦੇ ਹਨ ਵੈਸੇ ਫਿਲਮ ਦੇ ਗੀਤਾਂ ਵਿੱਚੋਂ ਜੀਨ ਤੇ ਵੀਸੀਆਰ ਲਿਆ ਦੇ ਪਹਿਲਾਂ ਹੀ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ ਤੇ ਨੇ ਅਕਸਰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਕੁਝ ਵੱਖਰਾ ਦੇਖਣ ਨੂੰ ਨਹੀਂ ਮਿਲਦਾ ਪਾਣੀ ਚ ਮਦਾਣੀ ਇਹ ਸ਼ਿਕਾਇਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕੁਝ ਵੱਖਰਾ ਕਰਨ ਦਾ ਯਤਨ ਕਰਦੀ ਹੈ ਹਾਲਾਂਕਿ ਫਿਲਮ ਦੇ ਦੂਜੇ ਹਿੱਸੇ ਵਿੱਚ ਤੁਹਾਨੂੰ ਕਿਤੇ ਕਿਤੇ ਚਲ ਮੇਰਾ ਪੁੱਤ ਦੀ ਚਲਕ ਨਜ਼ਰ ਆਵੇਗੀ ਤੇ ਕੁਝ ਥਾਵਾਂ ਤੇ ਫਿਲਮ ਥੋੜੀ ਜੀ ਡ੍ਰੈਗ ਹੁੰਦੀ ਹੈ ਪਰ ਓਵਰਆਲ ਇਹ ਤੁਹਾਨੂੰ ਐਂਟਰਟੇਨ ਕਰਦੀ ਹੈ ਤੇ ਜਿਹੜੇ ਦਰਸ਼ਕ ਇੱਕ ਤਹਾਕੇ ਤੋਂ ਨਿਰੂ ਬਾਜਵਾ ਤੇ ਗਿੱਪੀ ਗਰੇਵਾਲ ਨੂੰ ਮੂੜ ਪਰਦੇ ਤੇ ਦੇਖਣ ਦੀ ਉਡੀਕ ਕਰ ਰਹੇ ਸਨ ਉਹ ਯਕੀਨਨ ਨਿਰਾਸ਼ ਨਹੀਂ ਹੋਣਗੇ ਸਬਸਕ੍ਰਾਈਬ ਟੂ ਫਿਲਮ ਕੰਪੈਨੀਅਨ ਲੋਕਲ ਫੋਰ ਮੋਰ ਆਫ ਮਾਈ ਪੰਜਾਬੀ ਫਿਲਮ ਰਿਵਿਊਜ਼ ਸੀ ਯੂ ਨੈਕਸਟ ਟਾਈਮ